सेवादार एक ऊपर बन रहे हैं, ऊपर सेटिंग करके पूरी। ओ गड्डी लगा दो पहला यार, आ जाओ। आ लक्की आ गया अपना सेवादार, आ टोनी जो टोनी। ये साडा ब्लॉग बन लग्या एक पेंडू महकमा ਜਿਹੜਾ ਕਿ YouTube ਚੈਨਲ ਆ ਹੈਪੀ ਤੇ ਗੋਰੇ ਹੁਣਾਂ ਵੱਲੋਂ ਕਮਲ ਉਪਰਾਲਾ ਆ ਤੇ ਰਵਿਦਾਸ ਮਹਾਰਾ ਗੁਰਪੁਰਬ ਨੂੰ ਆਪਾਂ ਦਿਖਾਇਆ ਜਾਵੇ ਵਧੀਆ ਢੰਗ ਨਾਲ। ਠੀਕ ਆ, ਬਲੌਗ ਬਣੂਗਾ ਬਹੁਤ ਵਧੀਆ, ਸਾਰਿਆਂ ਨੇ ਸ਼ੇਅਰ ਤੇ ਸਪੋਰਟ ਜ਼ਰੂਰ ਕਰਨੀ ਆ। ਪੇਂਡੂ ਮਹਿਕਮਾ ਸਾਡੇ ਚੈਨਲ ਦਾ ਨਾਂ ਆ। ਥੈਂਕ ਯੂ। ਆ ਮੋਰਲੀ ਮੋਰਲੀ ਸੇਵਾਦਾਰ ਸਾਡਾ ਛੋਟਾ ਜਿਹਾ ਹਰਸ਼, ਇਹ ਹਰਸ਼ ਹਰਸ਼ ਸੇਵਾਦਾਰ, ਸੋਰੀ ਯਾਰ। ਆ ਲਾਭ ਮੇਰਾ ਬੁੱਤ ਹੈ। ਆ ਰਾਹੁਲ, ਰਾਹੁਲ ਕਹਿੰਦਾ ਮੈਂ ਵੀ ਬਲੌਗ ਚਾਣਾ। ਰਾਹੁਲ ਆਇਆ, ਕਿੱਦਾਂ ਚੱਲ ਰਹੀ ਸੇਵਾ ਫਿਰ, ਕਿੱਦਾਂ ਚੱਲ ਰਹੀ? ਹਾਂ ਚਲੋ ਕੋਈ ਨੀ। ਆ ਆਪਣਾ ਪਲੇਅਰ ਮੈਸੀ ਵੀਰੂ, ਆ ਪਰਮਿੰਦਰ ਆਪਣਾ, ਇਹ ਲੜੀਆਂ ਸਿੱਧੀਆਂ ਕਰਕੇ ਦੇ ਰਿਹਾ ਆ, ਜੋ ਉਲਝੀਆਂ ਹੋਈਆਂ ਸਿੱਧੀਆਂ ਕਰਕੇ। ਆ ਰਾਹੁਲ, ਰਾਹੁਲ ਸੇਵਾ ਕਰ ਲਾ ਕੋਈ ਤੁਸੀਂ। ਹੈਂ ਸਾਰਿਆਂ ਦੇ ਪਰਫੈਕਟ ਜੁਮੇ ਵੱਜਣੀ ਆ, ਤੁਸੀਂ ਸੇਵਾ ਕਰ ਲਾ ਕੋਈ। ਸਾਰੇ ਓਏ ਸਾਰਿਆਂ ਨੂੰ ਵਿੱਚ ਲੈ ਕੇ ਆਉਣਾ ਆ, ਤੁਸੀਂ ਚੈਨਲ ਤੇ ਦੇਖਣੀ ਇਹ ਸਾਰਿਆਂ ਨੇ। ਠੀਕ ਆ, ਠੀਕ ਵਾ। ਦੇਤੇ ਮੈਂ ਜ਼ਿਆਦਾ ਕੈਮਰਾ ਮਾਰ ਦਿੱਤਾ। ਨਾ ਨਾ ਬੰਦ ਨਹੀਂ ਚੱਲਦੀ ਆ ਇੱਧਰ, ਹੁਣ ਇੱਧਰ ਸੈਟਿੰਗ ਆਣੀ ਹੌਲੀ ਹੌਲੀ ਤਾਰਾਂ ਤੋਂ ਬਚਾ ਕੇ। ਆ ਟੋਨੀ ਭਰਾ ਆਪਣਾ, ਟੋਨੀ ਤਾਰਾਂ ਭਰਾ ਉੱਪਰ ਧਿਆਨ ਨਾਲ। ਵਿਪਣ ਕਰ ਲਾ ਕੰਮ ਸਾਲਿਆ ਕੋਈ। ਪਿੰਦਰਾ, ਉਹ ਪਿੰਦਰ ਆ ਜਾ ਆਪਣੀ ਰਾਏ ਦੇ ਵਿੱਚ। ਹੈ ਨਾਮਾ ਜ਼ਿਆਦਾ ਸੇਵਾ ਕਰਦਾ ਉੱਪਰ ਚੜ ਕੇ, ਇਹ ਖਤਰਾ ਮੁੱਲ ਲੈਂਦਾ ਇਹਨੂੰ ਉੱਪਰ ਚੜੇ ਹੈਗਾ। ਨਾਮੇ ਟੋਨੀ ਸੇ ਹਾਏ। ਕਮਲਾ ਸੇਵਾਦਾਰ, ਕਮਲ ਨਿਕਲ ਗਿਆ ਸਾਰਾ ਹੀ ਗਾਰਾ ਗੁਰਾ ਭਰਾ। ਚੱਲ ਵਧੀਆ ਸੇਵਾ ਲੈ ਗਿਆ ਕਮਲ ਸੇਵਾਦਾਰ। ਇਹ ਤਸਵੀਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਸਾਡੇ ਇੱਕ ਬੱਚੀ ਨੇ ਤਿਆਰ ਕੀਤੀ ਹੈ, ਜਿਹਦਾ ਨਾਂ ਸਹਿਜ ਆ। ਸਹਿਜ ਵੱਲੋਂ ਤਿਆਰ ਕੀਤੀ ਗਈ ਇਹ ਰਵਿਦਾਸ ਮਹਾਰਾਜ ਦੀ ਤਸਵੀਰ, ਬਹੁਤ ਸੋਹਣੀ ਪੇਂਟਿੰਗ ਜਿੱਦਾਂ ਕਹਿ ਸਕਦੇ ਹਾਂ। ਤੁਸੀਂ ਦੇਖੋ, ਧੰਨਵਾਦ ਹੈ ਇਸ ਬੱਚੀ ਦਾ।
ਲੰਗਰ ਹਾਲ ਦੀ ਸਫਾਈ ਚੱਲ ਰਹੀ ਆ। ਆਹ ਮੁੰਡੇ ਬਹੁਤ ਸੇਵਾ ਕਰਦੇ ਆ, ਇੱਕ ਆਪਣਾ ਪਿੰਦਰ ਅਤੇ ਦੂਜਾ ਦੀਪੂ ਮਾਨਸਾ। ਇੱਧਰ ਸੈਵਨ ਵੀ ਪੂਰਾ ਸਹਿਯੋਗ ਦੇ ਰਿਹਾ ਆ ਸੇਵਾ 'ਚ, ਲੰਗਰ ਹਾਲ ਦੀ ਸੇਵਾ ਹੋ ਰਹੀ ਆ। ਦੀਪੂ ਠੀਕ ਆ ਹੁਣ ਭਾਜੀ? ਪਿੰਦਰ ਠੀਕ ਆ ਜੀ? ਇਹੀ ਮੇਨ ਰਹਿੰਦਾ ਸੀਗਾ ਹੁਣ ਕੰਮ। ਬੜੇ ਹੀ ਪਿਆਰ ਨਾਲ ਨਿਸ਼ਾਨ ਸਾਹਿਬ ਸੇਵਾ ਕਰ ਰਹੇ ਆ। ਲਾਈਟ ਦੀ ਤਾਂ ਖੋਲਣਾ ਨੀ ਸਨੀ ਆਪੇ, ਉਹ ਤਾਂ ਉਦੋਂ ਜਾਂ ਕੋਲ ਨਾ ਕਰਨੀ ਫਿਰ। ਤਾਇਆ ਜੀ, ਚਾਚਾ ਜੀ, ਤਾਇਆ ਜੀ, ਢਿੱਲੀ ਛੱਡੋ ਹੌਲੀ ਹੌਲੀ, ਹੌਲੀ ਹੌਲੀ ਛੱਡੋ, ਹੌਲੀ 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 ਇੱਧਰੋਂ ਹੌਲੀ ਹੌਲੀ ਛੱਡੋ ਜੀ ਥੱਲੇ ਹੋ। ਸਾਰਾ ਹੀ ਲਾਣਾ ਪੈਣਾ ਰੈਂਕੂ। ਵੀਰੂ ਮੰਜਾ ਰੱਖ ਲੈ ਇੱਧਰ, ਨਟੇਵਰ ਰੱਖ ਲੈ ਇੱਧਰ ਪਿਆ ਹੁਣ ਜੇ ਭਾਰਾ ਦਾ ਕੱਢਣਾ ਪਾਉਣ ਖੁੱਲੇ ਜਾਣੀ ਹੈ, ਖੋਲ ਲੈਣਾ ਉਹ ਖੋਲ ਦਿੱਤੀ ਹੁਣ ਚੱਲ ਭਾਜੀ ਅੱਗੇ ਚੱਲ ਜਾ। ਲੈ ਲੈ
ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜਿਨ੍ਹਾਂ ਨੇ ਉਸ ਵੇਲੇ ਜਗਤ ਜਲੰਦੇ ਨੂੰ ਠਾਰਨ ਲਈ ਮੈਦਾਨੇ ਹਿੱਕ ਤਣੀ ਜਦੋਂ ਕਿਤੇ ਦੂਰ ਦੂਰ ਵੀ ਕੋਈ ਲੋ ਦੀ ਕਿਰਨ ਨਜ਼ਰ ਨਹੀਂ ਸੀ ਆਉਂਦੀ ਉਸ ਵੇਲੇ ਸਮੇਂ ਦੇ ਹਾਕਮਾਂ ਨਾਲ ਡੱਟ ਕੇ ਟੱਕਰ ਲਈ ਦੁਨੀਆ ਨੂੰ ਵਹਿਮਾਂ ਭਰਮਾਂ ਘੋਰ ਅਡੰਬਰਾਂ ਚੋਂ ਬਾਹਰ ਕੱਢਿਆ ਉਹ ਸਦੀਆਂ ਤੋਂ ਗੁਲਾਮੀ ਦੀਆਂ ਜ਼ੰਜੀਰਾਂ 'ਚ ਜਕੜੇ ਲੋਕਾਂ ਨੂੰ ਆਜ਼ਾਦ ਕਰਵਾਇਆ ਪੂਰੀ ਦੁਨੀਆ ਵਿੱਚ ਅਮਨ ਸ਼ਾਂਤੀ ਦੀ ਬਹਾਲੀ ਲਈ ਬੇਗਮਪੁਰ ਦੀ ਸੋਚ ਦਾ ਨਾਰਾ ਮਾਰਿਆ ਇਨਕਲਾਬੀ ਸਤਿਗੁਰੂ ਜਗਤ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੀ ਕ੍ਰਾਂਤੀਕਾਰੀ ਸੋਚ ਉਹਨਾਂ ਦੇ ਕਲਿਆਣਕਾਰੀ ਮਿਸ਼ਨ ਤੇ ਉਹਨਾਂ ਦੇ ਸੰਘਰਸ਼ਮਈ ਜੀਵਨ ਨੂੰ ਖੁਸ਼ਵਿੰਦਰ ਬਿੱਲਾ ਬੂਟਾ ਮੰਡੀਆ ਕਿੰਜ ਕਲਮਬੱਧ ਕਰਦਾ ਹੈ ਦੱਸੀ ਬਈ ਗੁਰੂ ਦੇ ਬੱਬਰ ਸ਼ੇਰ ਕੇਸ ਮੱਖਣਾ ਗੱਜ ਕੇ
ਮੁਰਝਾਏ ਇਹਨਾਂ ਨੇ ਅਕਾਲ ਪੁਰਖ ਨੂੰ ਵਰਜੋਜਿਆ
ਕੀਤੀਆਂ ਇਧਰ ਸਤਨਾਮਯੋਗ ਮਾਤਾ ਫਰਾਸ ਜੀ ਜਿਹਨੇ ਪੁੱਤਰੇ ਦੀ ਅਰਦਾਸ ਬੇਨਤੀ ਕੀਤੀ ਇਧਰ ਸਤਨਾਮਯੋਗ ਮਾਤਾ ਖਾਲਸਾ ਕਿਉਂਕਿ ਮਾਤੇ ਧੀਆਂ ਨੂੰ ਵਿਆਹ ਦਿੰਦੇ ਨੇ ਨਾ
ਬੋਲੇ ਸੁਣ ਭੈ ਸਤਿਗੁਰ ਰਵਿਦਾਸ ਮਹਾਰਾਜ ਕੀ ਜੈ। ਗੁਰੂ ਪਿਆਰੇ ਸਾਹਿਬ ਸ੍ਰੀ ਸਤਿਗੁਰਾਂ ਨੇ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ, ਹੈ ਪਰਮਾਤਮਾ ਹਮ ਸਰ ਦੀਨ ਦਿਆਲ ਨਾਮ ਸਰ ਅਬ ਫਤਿਹ ਅਰਪਿਆ ਕੀ ਜਾਏ। ਪਰਮਾਤਮਾ ਮੇਰੇ ਵਰਗਾ ਕੋਈ ਦੀਨ ਨਹੀਂ ਔਰ ਤੇਰੇ ਵਰਗਾ ਕੋਈ ਦਿਆਲੂ ਨਹੀਂ। ਔਰ ਆਖਰੀ ਪੰਥਿਆ ਮਾੜੀ ਬੰਦੇ ਬਹੁਤ ਜਨਮ ਵਿਛੜੇ ਥੇ ਮਾਧੋ ਕੇ ਜਨਮ ਤੁਮਾਰੀ ਵਿਖੇ, ਬੜੇ ਜਨਮਾਂ ਤੋਂ ਤੇਰੇ ਚਰਨਾਂ ਤੋਂ ਵਿਛੜੇ ਹੋਏ ਹੋਏ, ਕਿਰਪਾ ਕਰੋ ਕਿਉਂਕਿ ਇਹ ਜਿਹੜਾ ਜੀਵਨ ਹੈ ਮੈਂ ਤੁਹਾਡਾ ਨਾਮ ਜਪ ਕੇ ਤੁਹਾਡਾ ਸਿਮਰਨ ਕਰਕੇ ਤੁਹਾਡੇ ਲੇਖੇ ਵੀ ਚਲਾ ਦਿੰਦਾ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰਾਂ ਨੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਬਹੁਤ ਜਨਮ ਵਿਛੜੇ ਪਰਮਾਤਮਾ, ਬੜੇ ਜਨਮਾਂ ਤੋਂ ਤੇਰੇ ਤੋਂ ਵਿਛੜੇ ਹੋਏ ਨੇ, ਪਰ ਪਰਮਾਤਮਾ ਹੁਣ ਤੇਰਾ ਸਿਮਰਨ ਕਰਕੇ ਤੇਰਾ ਨਾਮ ਜਪ ਕੇ ਜਿਹੜਾ ਜੀਵਨ ਹੈ ਤੇਰੇ ਲੇਖੇ ਚਲਾ ਦਿੱਤਾ। ਔਰ ਇੱਕ ਮਨ ਨੂੰ ਆਸ ਲੱਗੀ ਰਹਿੰਦੀ ਹੈ, ਤਾਂਘ ਲੱਗੀ ਰਹਿੰਦੀ ਹੈ, ਤੁਹਾਡੇ ਦਰਸ਼ਨਾਂ ਦੀ ਤਾਂਘ ਲੱਗੀ ਰਹਿੰਦੀ ਹੈ। ਜਿੱਥੇ ਮਹਾਰਾਜ ਜੀ ਨੇ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕੀਤੀ, ਆਓ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, ਪਤਾ ਨਹੀਂ ਕਿਹੜੇ ਕਰਮਾਂ ਕਰਕੇ ਆਪਾਂ ਵੀ ਵਿਛੜ ਜਾਂਦੇ। ਅਸੀਂ ਪਿਛਲੇ ਜਨਮਾਂ ਤੋਂ ਦਾਤਿਆ ਹੁਣ ਚਰਨਾ ਨਾਲ ਜੋੜੀ, ਅਸੀਂ ਪਿਛਲੇ ਜਨਮਾਂ ਤੋਂ ਦਾਤਿਆ ਹੁਣ ਚਰਨਾ ਨਾਲ ਜੋੜੀ, ਅਸੀਂ ਪਿਛਲੇ ਜਨਮਾਂ ਤੋਂ ਦਾਤਿਆ ਹੁਣ ਚਰਨਾ ਨਾਲ ਜੋੜੀ, ਅਸੀਂ ਪਿਛਲੇ ਜਨਮਾਂ ਤੋਂ ਦਾਤਿਆ ਚਰਨਾ ਨਾਲ ਜੋੜੀ, ਕੀ ਅਸੀਂ
ਸਾਰੀ ਗੱਲ ਤੇਰੇ ਤੇ ਜੋੜੀ ਅਸੀਂ ਵਿਚੜੇ।